ਲੋਕ ਸਭਾ ਚੋਣਾਂ ਦੇ ਚੱਲਦਿਆਂ ਹਰ ਪਾਰਟੀ ਲੋਕਾਂ ਨੂੰ ਭਰਮਾਉਣ ਦੇ ਚੱਕਰ ਦੇ ਵਿੱਚ ਲੱਗੀ ਹੋਈ ਹੈ। ਪਰ ਉਹ ਲੋਕ ਜਿਨ੍ਹਾਂ ਪਾਸੋਂ ਇਹ ਲੀਡਰ ਵੋਟਾਂ ਦੀ ਆਸ ਰੱਖਦੇ ਹਨ, ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਕਿਵੇਂ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਇਸ ਖਬਰ ਦੇ ਰਾਹੀਂ ਤੁਸੀਂ ਸਾਫ਼ ਤੌਰ ਦੇ ਉੱਤੇ ਵੇਖ ਸੁਣ ਸਕਦੇ ਹੋ। ਮਾਮਲਾ ਸਾਹਮਣੇ ਆਇਆ ਹੈ ਸਿਵਲ ਹਸਪਤਾਲ ਜੀਰਾ ਤੋਂ, ਜਿੱਥੇ ਮਰੀਜ਼ਾਂ ਦੇ ਇਲਾਜ ਕਰਵਾਉਣ ਦੇ ਲਈ ਲੱਗਣ ਵਾਲੀ ਓਪੀਡੀ ਦੀ ਪਰਚੀ ਨਾ ਮਿਲਣ ਦੇ ਚੱਲਦਿਆਂ ਉਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਪੱਤਰਕਾਰਾਂ ਦੇ ਦਖਲ ਤੋਂ ਬਾਅਦ ਓਪੀਡੀ ਦੀ ਪਰਚੀ ਸ਼ੁਰੂ ਹੋਈ। ਮਰੀਜ਼ਾਂ ਨੇ ਇੱਥੋਂ ਤੱਕ ਇਲਜ਼ਾਮ ਲਗਾਏ ਕਿ ਦਵਾਈਆਂ ਹਸਪਤਾਲ ਦੇ ਵਿੱਚੋਂ ਨਹੀਂ ਮਿਲਦੀਆਂ। ਪਰਚੀ ਕੱਟਣ ਵਾਲਿਆਂ ਦੇ ਉੱਤੇ ਦੁਰਵਿਵਹਾਰ ਕਰਨ ਦੇ ਵੀ ਮਰੀਜ਼ਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ। ਦੂਜੇ ਪਾਸੇ ਜਦ ਇਸ ਬਾਬਤ SMO ਮਨਜੀਤ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਐਡੀਸ਼ਨਲ ਚਾਰਜ ਹੋਣ ਦੀ ਗੱਲ ਕਹਿ ਕੇ ਉਹ ਪੱਲਾ ਝਾੜਦੇ ਹੋਏ ਨਜ਼ਰ ਆਏ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਉਹਨਾਂ ਨੇ ਮੈਨੂੰ ਕੱਲ ਵੀ ਖਰਾਬ ਕੀਤਾ ਤੇ ਮੈਂ ਚਲੀ ਗਈ। ਅੱਜ ਮੈਂ ਦੁਬਾਰਾ ਫੇਰ ਆਈ ਆ ਤੇ ਮੈਂ 2 ਘੰਟੇ ਤੋਂ ਖਲੋ ਕੇ ਫੇਰ ਪਰਚੀ ਕਟਾਈ। ਉਹਨਾਂ ਨੇ ਮੇਰੇ ਨਾਲ ਬਹੁਤ ਰੁੱਖਾ ਵਿਹਾਰ ਕੀਤਾ। ਪਰਚੀ ਕੱਟਦੇ ਆ ਨਾ ਇੱਕ ਮੈਡਮ ਥੋੜੇ ਠੀਕ ਸੀਗੇ, ਉਹ ਦੂਜੇ ਜਿਹੜੇ ਮੈਡਮ ਉਹਨਾਂ ਪਹਿਲਾਂ ਰੁੱਸ ਕੇ ਬੈਠ ਗਏ, ਕਹਿੰਦੇ ਅਸੀਂ ਤੁਹਾਡੀ ਪਰਚੀ ਨੀ ਕੱਟਣੀ ਹੈਗੀ। ਫਿਰ ਉਹਨਾਂ ਨੂੰ ਮੈਂ ਆਪਦੀ ਪ੍ਰੋਬਲਮ ਦੱਸੀ, ਮੈਂ ਕਿਹਾ ਵੇਖੋ ਤੁਸੀਂ ਘਰੇ ਤੁਹਾਨੂੰ ਕੀ ਪਤਾ ਵੀ ਅਸੀਂ ਕਿੰਨੀਆਂ ਪ੍ਰੋਬਲਮਾਂ ਦੇ ਵਿੱਚ ਹੋ ਗਈ, ਪਰ ਘਰ ਦੇ ਕੰਮ ਕਰਕੇ ਫਿਰ ਆਉਣ ਪਹੁੰਚ ਦੇ ਦੇ। ਇੱਥੇ ਆਏ ਆ ਤੇ ਇੱਥੇ ਨਰਕ ਮੱਚਿਆ ਪਿਆ, ਕਹਿੰਦੇ ਕੰਪਿਊਟਰ ਬੰਦ ਹੈ, ਪਰਚੀ ਨਹੀਂ ਬਣਨੀ। ਸਵਾਲ ਇਹ ਆ, ਜਦੋਂ ਕੰਪਿਊਟਰ ਨਹੀਂ ਸੀ ਉਹਨਾਂ ਤੋਂ ਪਰਚੀਆਂ ਬਣਦੀਆਂ ਨਹੀਂ ਸੀ, ਮੈਨੂੰ ਪਰਚੀ ਬਣਾ ਲਓ, ਬਸ ਕੰਮ ਕਰਨ ਦੇ ਮਾਰੇ ਮੈਨੂੰ ਪਰਚੀ ਬਣਾਓ, ਉਹਨੂੰ ਮੁੜ ਕੇ ਫੀਡ ਕਰ ਲਓ ਕੰਪਿਊਟਰ ਦੇ ਵਿੱਚ। ਮੈਂ ਸਾਰੀ ਉਮਰ ਦਫ਼ਤਰ ਸੰਭਾਲਿਆ ਆ, ਜੇ ਕੰਪਿਊਟਰ ਹੁੰਦੇ ਸੀ ਕਿਤੇ ਉਦੋਂ, ਫਿਰ ਜੇ ਡਾਕਟਰ ਕੋਲ ਜਾਂਦੇ ਆ ਦਵਾਈਆਂ ਇੰਨੀਆਂ ਲੈ ਕੇ ਦਿੱਤੀਆਂ, ਇੰਨੀਆਂ ਦਵਾਈਆਂ ਲੈ ਕੇ ਦਿੱਤੀਆਂ, ਜਿਹੜੀ ਦਵਾਈ ਇਹਦੇ ਨਾਲ ਸੰਬੰਧਿਤ ਆ ਉਹ ਇੱਕ ਦਵਾਈ ਮੈਥੋਂ ਨਹੀਂ ਮਿਲੀ। ਡਾਕਟਰ ਮੇਰੇ ਗੱਲ ਪੈਂਦਾ ਤੇ ਇੱਥੇ ਹੈ ਨਹੀਂ, ਬਾਜ਼ਾਰੋਂ ਲਿਆਓ, ਇੱਥੇ ਦਵਾਈ ਹੈ ਨਹੀਂ, ਤੇ ਲਿਖ ਕੇ ਕਿ ਨਹੀਂ ਦੇਣੀ। ਡਾਕਟਰ ਨੇ ਡਿਮਾਂਡ ਦੇਣੀ ਹੈ ਵੀ ਆਹ ਦਵਾਈਆਂ ਮੈਂ ਮਰੀਜ਼ਾਂ ਨੂੰ ਦਿੰਦੀ, ਇੱਥੇ ਮੰਗਾ ਕੇ ਰੱਖੋ। ਆਪਣੀ ਫਾਰਮੇਸੀ ਨੂੰ ਡਾਕਟਰ ਨੂੰ ਦੇਣੀ ਹੈ ਵੀ ਆਹ ਦਵਾਈ ਮੈਂ ਲਿਖਦਾ, ਇਹ ਮੰਗਵਾ ਕੇ ਰੱਖੋ। ਇਹ ਸਿਰਫ ਲੁੱਟ ਦਾ ਕਾਰਨ ਹੈ ਕਿ ਦਵਾਈ ਉਹ ਲਿਖਣੀ ਕਿ ਨਹੀਂ ਮਿਲਦੀ, ਬਾਜ਼ਾਰੋਂ ਲੈਣੀ। ਸਰਕਾਰ ਤੋਂ ਮੰਗ ਕਰਦੇ, ਮੇਰਾ ਗਰਭ ਹੋਇਆ ਪਿਆ। ਪਿਛਲੇ 7-8 ਮਹੀਨਿਆਂ ਤੋਂ ਦੇਖੋ ਰੈਗੂਲਰ SMO ਪੋਸਟਡ ਨਹੀਂ ਹੈ, ਤੇ ਬੀਇੰਗ ਆਫੀਸ਼ੀਏਟਿੰਗ SMO ਮੈਨੂੰ ਫਿਰ ਉਹ ਐਡਮਿਨਿਸਟ੍ਰੇਟਿਵ ਕੰਮ ਵੀ ਦੇਖਣਾ ਪੈਂਦਾ ਹਸਪੀਟਲ ਦਾ। ਪਰੇਸ਼ਾਨੀਆਂ ਤਾਂ ਦੇਖੋ ਬਹੁਤ ਆਉਂਦੀ ਹੈ, ਅਗਰ ਇੱਕ ਫੁੱਲ ਫੈ ਜੇ SMO ਹੋਏਗਾ ਤਾਂ ਉਹਨਾਂ ਨੇ ਆਪਣੀ ਐਡਮਿਨਿਸਟ੍ਰੇਟਿਵ ਜੋਬ ਕਰਨੀ ਹੈ। ਹੁਣ ਕਈ ਵਾਰੀ ਕੀ ਹੁੰਦਾ ਹੈ ਕਿ ਮੀਟਿੰਗ ਆ ਗਈ ਕੋਈ, ਜਾਂ ਕੋਈ VC ਆ ਗਈ, ਤਾਂ ਉਹਦੇ ਵਿੱਚ ਮੈਂ ਆਕੂਪਾਈਡ ਹੋ ਜਾਂਦੀ ਹਾਂ ਤੇ ਪੇਸ਼ੈਂਟ ਵੇਟ ਕਰਦੇ ਰਹਿੰਦੇ ਆ,
ਹਸਪੀਟਲ 2 ਵਜੇ ਬੰਦ ਹੁੰਦਾ ਹੈ, ਉਸ ਤੋਂ ਬਾਅਦ ਪੇਸ਼ੈਂਟ ਨੂੰ ਨਾ ਤਾਂ ਕੋਈ ਪਰਚੀ ਦੀ ਕੋਈ ਸਹੂਲਤ ਮਿਲਦੀ ਹੈ, ਨਾ ਕੋਈ ਮੈਡੀਸਨ ਮਿਲਣੀ ਹੈ। ਇਹ ਪ੍ਰੋਬਲਮਸ ਹੈਗੀਆਂ, ਬਾਕੀ ਹੋਰ ਵੀ ਕਈ ਪ੍ਰੋਬਲਮਸ ਹੈਗੀਆਂ SMO ਨਾ ਹੋਣ ਕਰਕੇ। ਬਾਕੀ ਜਿੱਥੋਂ ਤੱਕ ਤੁਸੀਂ ਕਹਿ ਰਹੇ ਹੋ ਕਿ OPD ਦੇ ਵਿੱਚ ਵੇਟਿੰਗ ਟਾਈਮ ਬਹੁਤ ਜ਼ਿਆਦਾ ਹੈ, ਉਹਦੇ ਲਈ ਇਹ ਹੈ ਕਿ ਸਾਡੇ ਕੋਲ ਨੰਬਰ ਆਫ ਪੇਸ਼ੈਂਟ ਬਹੁਤ ਜ਼ਿਆਦਾ ਹੈ, ਪਰ ਸਾਡੇ ਕੋਲ ਜਿਹੜਾ ਡਾਟਾ ਐਂਟਰੀ ਓਪਰੇਟਰ ਹੈ ਰਜਿਸਟ੍ਰੇਸ਼ਨ ਕਾਊਂਟਰ 'ਤੇ, ਉਹ ਇੱਕ ਹੀ ਲੜਕੀ ਪੋਸਟਡ ਹੈ, ਅਤੇ ਇੱਕ ਹੀ ਬੱਚੇ ਨੂੰ ਸਾਰੀਆਂ ਪਰਚੀਆਂ ਬਣਾਉਣੀਆਂ, ਔਨਲਾਈਨ ਕਰਨਾ, ਅਲਟਰਾਸਾਊਂਡ ਦੀ ਪਰਚੀਆਂ ਕੱਢਣੀਆਂ, ਐਕਸਰੇ ਕਰਨਾ, ਉਹ ਬਹੁਤ ਮੁਸ਼ਕਿਲ ਹੁੰਦੇ। ਅਸੀਂ ਲਿਖ ਕੇ ਦਿੱਤਾ ਹੋਇਆ ਵੈਸੇ ਗਵਰਨਮੈਂਟ ਨੂੰ ਕਿ ਕੋਈ ਉੱਥੇ ਨਾਲ ਹੀ ਪੋਸਟ ਹੋਰ ਕ੍ਰੀਏਟ ਕੀਤੀ ਜਾਏ। ਮੈਡੀਸਨ ਸਾਡੇ ਕੋਲ ਹੈਗੀ ਹੈ ਜੀ ਪੂਰੀ, ਇੱਕ ਦੋ ਮੈਡੀਸਨ ਨੂੰ ਛੱਡ ਕੇ ਬਾਕੀ ਸਾਰੀ ਮੈਡੀਸਨ ਸਾਡੇ ਕੋਲ ਹੈਗੀ।